ਪਿੰਡ ਬਰਗਾੜੀ ਵਿੱਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਧਰਨੇ ਤੇ ਬੈਠੇ ਸਿੱਖਾਂ ਉੱਪਰ ਹੋਏ ਪੁਲਿਸ ਹਮਲੇ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ, ਜਿਸ ਤਹਿਤ ਅੱਜ ਸਵੇਰ ਤੋਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਫਰੀਦਕੋਟ ਵਿੱਚ ਡੇਰੇ ਲਗਾ ਲਏ ਹਨ। ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਸਾਰੇ ਘਟਨਾਕ੍ਰਮ ਵਿੱਚ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਤੇ ਇਸ ਸਾਰੇ ਮਾਮਲੇ ਨੂੰ ਗਿਣੀ ਮਿੱਥੀ ਸਾਜ਼ਿਸ਼ ਕਰਾਰ ਦਿੱਤਾ। ਉਹਨਾਂ ਇਸ ਮੌਕੇ ਕੋਟਕਪੂਰਾ ਵਿੱਚ ਹੋਏ ਪੁਲਿਸ ਤਸ਼ੱਦਦ ਤੇ ਬੋਲਦਿਆਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਅਹਿਮਦ ਸ਼ਾਹ ਅਬਦਾਲੀ ਨਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਾਂਤਮਈ ਢੰਗ ਨਾਲ ਬੈਠੇ ਪ੍ਰਦਰਸ਼ਨਕਾਰੀਆਂ ਤੇ ਡਾਂਗਾ ਅਤੇ ਗੋਲੀਆਂ ਵਰਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੀ ਹੈ। ਨਾਲ ਹੀ ਕੋਟਕਪੂਰਾ ਤਸ਼ੱਦਦ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਅਤੇ ਨਾਲ ਹੀ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਕੜੇ ਸ਼ਬਦਾਂ ਦੇ ਵਿੱਚ ਮੈਂ ਇਹਦੀ ਨਿੰਦਾ ਕਰਾਂਗਾ। ਦਿਸ ਇਜ਼ ਨੋਟ ਦੀ ਵੇ। ਤੁਸੀਂ ਜੋ ਇੱਥੇ ਤੌਰ ਤਰੀਕਾ ਅਪਣਾਇਆ ਸਾ ਪ੍ਰਕਾਸ਼ ਸਿੰਘ, ਇਟ ਇਜ਼ ਹਾਈ ਟਾਈਮ। ਜੇ ਤੇਰੇ ਕੋਲ ਰਾਜ ਨਹੀਂ ਹੁੰਦਾ ਤੇ ਕਿਰਪਾ ਕਰ ਪੰਜਾਬ ਦੇ ਲੋਕਾਂ ਤੇ ਕੋਈ ਤਰਸ ਖਾ, ਬਥੇਰਾ ਲੁੱਟ ਲਿਆ ਤੂੰ। ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਹਿੰਦੁਸਤਾਨ ਦੇ ਤੇ ਪੰਜਾਬ ਦੇ ਇਤਿਹਾਸ ਦੇ ਵਿੱਚ ਇੰਨਾ ਬੇਰਹਿਮੀ ਨਾਲ ਕਿਸੇ ਹੋਰ ਨੇ ਨਹੀਂ ਲੁੱਟਿਆ ਜਿੰਨਾ ਪ੍ਰਕਾਸ਼ ਸਿੰਘ ਬਾਦਲ ਤੇ ਦੇ ਪਰਿਵਾਰ ਨੇ ਪੰਜਾਬ ਨੂੰ ਲੁੱਟੇ। ਤਹਿਸ ਨਹਿਸ ਕਰਕੇ ਰੱਖ ਦਿੱਤਾ 2 ਲੱਖ ਕਰੋੜ ਦੇ ਕਰਜ਼ਾਈਆਂ, ਜਿਸੀ 2 ਲੱਖ ਕਰੋੜ। ਦੋ ਚਿੱਟਿਆਂ ਨੇ ਤੁਸੀਂ ਵੇਖੋ ਪਹਿਚਾਣ ਇਸ ਅਕਾਲੀ ਦਲ ਦੀ 2 ਚਿੱਟਿਆਂ ਨਾਲ। ਇੱਕ ਚਿੱਟਾ ਬਿਕਰਮ ਸਿੰਘ ਮਜੀਠੀਏ ਨਾਲ ਪਹਿਚਾਣ ਹੈ, ਇੱਕ ਜਿਹੜੀ ਚਿੱਟੀ ਹੈ ਉਹਦੀ ਪਹਿਚਾਣ ਤੋਤਾ ਸਿੰਘ ਨਾਲ। ਇਹ ਅਕਾਲੀ ਦਲ ਦੀਆਂ 2 ਉਪਲਬਧੀਆਂ ਨੇ। ਇੱਕ ਚਿੱਟਾ ਜਿਹੜਾ ਸਾਡੀ ਜਵਾਨੀ ਨੂੰ ਲੈ ਗਿਆ, ਇੱਕ ਚਿੱਟੀ ਜਿਹੜੀ ਕਿਸਾਨੀ ਨੂੰ ਲੈ ਗਈ। ਕਿਸ ਆ ਪ੍ਰਕਾਸ਼ਿਆਂ, ਜੇ ਤੂੰ ਜ਼ਿੰਮੇਵਾਰ ਨਹੀਂ, ਮੈਂ ਅੱਜ ਵੀ ਇੱਥੇ ਦਾਵਾ ਕਰਨਾ, ਜੇ ਨਸ਼ੇ ਦਾ ਤੂੰ ਜ਼ਿੰਮੇਵਾਰ ਨਹੀਂ ਤੇ ਜਿਹੜਾ ਤੁਹਾਡੇ DSP ਜਗਦੀਪ ਸਿੰਘ ਭੋਲੇ ਦਾ ਬਿਆਨ ਹੈ, ਤੂੰ CBI ਨੂੰ ਇਨਕੁਆਇਰੀ ਕਿਉਂ ਨਹੀਂ ਕਰਦਾ? ਇਹ ਰਿਕੁਐਸਟ ਭੇਜੇ ਥਰੂ ਦ ਗਵਰਨਮੈਂਟ ਆਫ ਇੰਡੀਆ ਟੂ ਦੀ ਚੀਫ ਜਸਟਿਸ ਆਫ ਦੀ ਸੁਪਰੀਮ ਕੋਰਟ ਕਿ ਸਿਟਿੰਗ ਜੱਜ ਨੂੰ ਟਾਈਮ ਬਾਉਂਡ ਕਰਕੇ ਲੈਟ ਐਮ ਇਨਕੁਆਇਰ ਕਿ 4 ਮਹੀਨੇ ਲਗਾਤਾਰ ਪਹਿਲੇ ਇਹਨਾਂ ਨੂੰ ਇਤਲਾਹ ਹੋਏ, ਪਿੰਡ ਦੀ ਇਤਲਾਹ ਹੋਏ, ਈਅਰ ਮਾਰਕਡ ਪਿੰਡ ਹੋਏ, ਅਤੇ ਅਜੇ ਤੱਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕੀ ਕਹਿੰਦੇ ਨੇ ਕਿ ਅਜੇ ਤੱਕ ਕੱਢ ਹੀ ਕੋਈ ਨਾ ਸਕਿਓ। ਇਟਸ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਪੰਜਾਬ ਟੂਡੇ।